ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸੈਨਿਕ ਸਕੂਲ ਕਪੂਰਥਲਾ ਹੈਰੀਟੇਜ ਫੈਸਟੀਵਲ ਵਿਖੇ ਗੁਬਾਰੇ ਛੱਡ ਕੇ ਵਾਦ ਦੀ ਸ਼ੁਰੂਆਤ ਕੀਤੀ। ਤਿੰਨ ਦਿਨਾਂ ਵਿਰਾਸਤੀ ਮੇਲੇ ਦੇ ਵਿਚ ਪੰਜਾਬੀ ਗਾਇਕ ਪ੍ਰੀਤ ਹਰਪਾਲ, ਕਰਾਮਤ, ਫਕੀਰ ਕਵਾਲ, ਮਨਮੋਹਨ ਵਾਰਿਸ ਸ਼ਾਮਿਲ ਹੋਏ। ਹੈਰੀਟੇਜ ਫੈਸਟੀਵਲ ਦੇ ਵਿਚ ਸਭਿਆਚਾਰਕ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ ਹੈ। ਸੋ ਇਸੇ ਦੌਰਾਨ ਰੰਗਾਰੰਗ ਪ੍ਰੋਗਰਾਮ ਦਾ ਹਰ ਇੱਕ ਦੇ ਵੱਲੋਂ ਆਨੰਦ ਮਾਣਿਆ ਗਿਆ। ਮੈਡਮ ਜੀ, ਆਪਾਂ ਗੱਲ ਕਰੀਏ ਜਿਹੜਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਹਿ ਲਓ ਕਿ ਵਿਰਾਸਤੀ ਮੇਲਾ ਜਿਹੜਾ ਮਨਾਇਆ ਜਾ ਰਿਹਾ ਵਾ, ਤਾਂ ਭਾਸ਼ਾ ਵਿਭਾਗ ਵੱਲੋਂ ਵੀ ਕਹਿ ਲਓ ਕੀ ਪੁਖਤਾ ਪ੍ਰਬੰਧ ਕੀਤੇ ਗਏ ਸੀ ਇੱਥੇ? ਹਾਂਜੀ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਰਾਸਤੀ ਮੇਲਾ ਸੈਨਿਕ ਸਕੂਲ ਕਪੂਰਥਲਾ ਵਿਖੇ ਇਸ ਮੇਲੇ ਦਾ ਆਗਾਜ਼ ਹੋ ਚੁੱਕਾ ਹੈ। ਇਸ ਮੇਲੇ ਦੇ ਵਿੱਚ ਭਾਸ਼ਾ ਵਿਭਾਗ ਜ਼ਿਲ੍ਹਾ ਕਪੂਰਥਲਾ ਵੱਲੋਂ ਇਸ ਦੀਆਂ ਸੱਭਿਆਚਾਰਕ ਗਤੀਵਿਧੀਆਂ, ਸਾਹਿਤਕ ਗਤੀਵਿਧੀਆਂ, ਸਟੇਜ ਨਾਲ ਸੰਬੰਧਿਤ ਜਿੰਨੀ ਵੀ ਤਿਆਰੀਆਂ ਸੀਗੀਆਂ ਉਹ ਭਾਸ਼ਾ ਵਿਭਾਗ ਵੱਲੋਂ ਕੀਤੀਆਂ ਗਈਆਂ ਹੈ। ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਮਾਗਮ ਪੂਰਾ ਇਹਦੀ ਰੂਪ ਰੇਖਾ ਤਿਆਰ ਹੋਈ ਹੈ। ਅਤੇ ਮੈਡਮ ਜੀ, ਗੱਲ ਕਰੀਏ ਤਾਂ ਪ੍ਰੋਗਰਾਮ ਕਿੰਨੇ ਦਿਨ ਚੱਲਣਾ? ਤਾਂ ਹਾਂਜੀ, ਇਹ ਪ੍ਰੋਗਰਾਮ ਆਪਣਾ 3 ਦਿਨ ਦਾ ਹੈ। ਪਹਿਲੀ, 2 ਅਤੇ 3 ਮਾਰਚ। 3 ਮਾਰਚ ਸ਼ਾਮ ਨੂੰ ਮਨਮੋਹਨ ਵਾਰਿਸ ਦੇ ਗਾਇਕੀ ਦੇ ਨਾਲ ਇਸ ਮੇਲੇ ਦਾ ਜਿਹੜੀ ਸਮਾਪਤੀ ਹੋਵੇਗੀ। ਔਰ ਇਹ 3 ਦਿਨ ਦਾ ਸਮਾਗਮ ਹੈ ਜੋ ਕਪੂਰਥਲਾ ਸ਼ਹਿਰ, ਜਿਸ ਨੂੰ ਪੈਰਸ ਆਫ ਪੰਜਾਬ ਵੀ ਕਿਹਾ ਜਾਂਦਾ ਹੈ, ਕਪੂਰਥਲਾ ਵਾਸੀਆਂ ਲਈ ਅਜਿਹਾ ਰੰਗ ਰੰਗ ਸਮਾਗਮ ਦੇ ਜਿਹੜੀ ਸਿਰਜਣਾ ਕਹਿ ਲਓ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇੱਕ ਸੱਭਿਆਚਾਰਕ ਮਾਹੌਲ ਸਿਰਜਿਆ ਗਿਆ। ਤੇ ਮੈਡਮ, ਆਮ ਲੋਕਾਂ ਨੂੰ ਕੀ ਅਪੀਲ ਕਰਦੇ ਮੇਲੇ ਵਿੱਚ ਪਹੁੰਚਣ ਲਈ? ਮੈਂ ਸਾਰੀ ਹੀ ਜਨਤਾ ਅਤੇ ਕਪੂਰਥਲਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਹੁਮ ਹੁਮ ਆ ਕੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰੋ। ਇਸ ਮੇਲੇ ਦੇ ਰੰਗਾਰੰਗ ਪ੍ਰੋਗਰਾਮ, ਸੱਭਿਆਚਾਰਕ ਦੀਆਂ ਵੱਖ ਵੱਖ ਵੰਨਗੀਆਂ ਦਾ ਆਨੰਦ ਮਾਣੋ। ਬਹੁਤ ਲੰਬੇ ਅਰਸੇ ਤੋਂ ਅਜਿਹੀ ਜਿਹੜੇ ਰੌਣਕ ਮੇਲੇ ਸੀ, ਪੰਜਾਬ ਦੇ ਵਿਰਸੇ ਮੇਲੇ ਤਿਉਹਾਰ ਦੀ ਜਿਹੜੀ ਲੜੀ ਸੀਗੀ ਕਾਫੀ ਠੰਮੀ ਹੋ ਚੁੱਕੀ ਸੀਗੀ। ਹੁਣ ਇਹ ਫਿਰ ਤੋਂ ਸ਼ੁਰੂਆਤ ਇਹਨਾਂ ਦੀ ਹੋਈ ਹੈ ਅਤੇ ਇਹਨਾਂ ਮੇਲਿਆਂ ਦਾ ਆਨੰਦ ਮਾਣੋ ਅਤੇ ਜ਼ਰੂਰ ਪਹੁੰਚੋ। ਕਪੂਰਥਲਾ 'ਚ ਸ਼ੁਰੂ ਹੋਣ ਜਾ ਰਿਹਾ, ਪਹਿਲਾਂ ਹੁੰਦਾ ਸੀ, ਫਿਰ ਅੱਜ ਤੁਸੀਂ ਇਹਨੂੰ ਮੁੜ ਸੁਰਜੀਤ ਕੀਤਾ ਇਸ ਰਵਾਇਤ ਨੂੰ, ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਦਿਨ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਟੂਰਿਜ਼ਮ ਦੇ ਕਲਚਰ ਵਿਭਾਗ ਪੰਜਾਬ ਦਾ ਕਿ ਜਿਨ੍ਹਾਂ ਸਦਕੇ ਇਹ ਕਪੂਰਥਲਾ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਅਸੀਂ ਦੁਬਾਰਾ ਤੋਂ ਇਹ ਹੈਰੀਟੇਜ ਫੈਸਟੀਵਲ ਇੱਥੇ ਕਰਾਉਣ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ, ਕਪੂਰਥਲਾ ਇੱਕ ਬੜਾ ਇਤਿਹਾਸਿਕ ਅਤੇ ਹੈਰੀਟੇਜ ਰਿਚ ਸ਼ਹਿਰ ਹੈ, ਤਾਂ ਇਹਦੇ ਵਿੱਚ ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੇ ਸਮਾਗਮ ਹੁਣੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਣ ਦੀ ਗੱਲ ਹੈ ਕਿ ਆਪਾਂ ਫਿਰ ਦੁਬਾਰਾ ਮੁੜ ਜੋ ਇੱਥੇ ਦੀ ਹੈਰੀਟੇਜ ਹੈ ਲੋਕਾਂ ਤੱਕ ਪਹੁੰਚਾ ਰਹੇ ਨੇ, ਲੋਕਾਂ ਨੂੰ ਇਹਦੇ ਬਾਰੇ ਜਾਣੂ ਕਰਾਉਣ ਲੱਗੇ ਨੇ, ਲੋਕ ਇਹਨੂੰ ਦੇਖਣਗੇ, ਅਗਲੀ ਪੀੜ੍ਹੀ, ਅਗਲੀ ਜਨਰੇਸ਼ਨ ਨੂੰ ਇਹਦੀ ਹੈਰੀਟੇਜ, ਆਪਣੇ ਕਲਚਰ ਦੇ ਬਾਰੇ ਫਿਰ ਦੁਬਾਰਾ ਪਤਾ ਲੱਗੂਗਾ, ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ। ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ, ਇਹਦੇ ਜੋ ਸਾਰੇ ਬੰਦੋਬਸਤ ਨੇ, ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ। ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ, ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ। ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ, ਇੰਨਾ ਰਿਚ ਕਲਚਰ ਹੈ, ਇਹਨੂੰ ਦੇਖਣ ਨੂੰ, ਇਹਨੂੰ ਜੀਣ ਦਾ, ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ, ਤਾਂ ਇਹਦੇ ਵਿੱਚ ਸਾਰੇ ਤੁਸੀਂ ਆਓ। ਧੰਨਵਾਦ ਜੀ। ਸਰ, ਇਹ ਯੂਥ ਨੂੰ ਕਿੱਥੇ ਨਾ ਕਿੱਥੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਤੇ ਇਹੋ ਜਿਹੇ ਇਵੈਂਟ ਹੈਲਪਫੁਲ ਨੇ? ਤੁਸੀਂ ਵੀ ਯੂਥ ਨੂੰ ਲਿਆਉਣ ਦੇ ਪ੍ਰਯਾਸ ਕੀਤੇ ਨੇ ਇਸ ਮੇਲੇ 'ਚ? ਬਿਲਕੁਲ, ਅਸੀਂ ਹਰ ਵਰਗ ਨਾਲ ਪਹੁੰਚ ਕਰਨ
ਦੀ ਸਾਰੀ ਅਸੀਂ ਕੋਸ਼ਿਸ਼ ਕੀਤੀ ਹੈ। ਔਰ ਇੱਥੇ ਤੁਸੀਂ ਦੇਖੋਗੇ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਜਾਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀਜ਼ ਇੱਥੇ ਪਲੈਨ ਕੀਤੀਆਂ, ਹਰ ਵਰਗ ਨੂੰ ਟੱਚ ਕਰਦੀਆਂ, ਜੇ ਭਾਵੇਂ ਉਹ ਬੱਚੇ ਹੋਣ, ਜੇ ਉਹਨੂੰ ਭਾਵੇਂ ਯੂਥ ਹੋਣ, ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਸੂਫੀ ਹੋਏ, ਕਵਾਲੀ ਹੋਏ, ਫੋਕ ਹੋਏ, ਹਰ ਕਿਸਮ ਦਾ ਅਸੀਂ ਇਹਦੇ ਵਿੱਚ ਅਰੇਂਜਮੈਂਟਸ ਕੀਤੇ ਨੇ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜੋ ਸਾਡਾ ਕੋਸ਼ਿਸ਼ ਹੈ, ਸਾਡੀ ਇਹ ਪ੍ਰਯਾਸ ਹੈ, ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ। ਔਰ ਅਖੀਰ ਦੇ ਵਿੱਚ ਫਿਰ ਦੁਬਾਰਾ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਓ, ਇੱਥੇ ਪਹੁੰਚੋ, ਔਰ ਆਪਾਂ ਇਸ ਹੈਰੀਟੇਜ ਨੂੰ, ਕਪੂਰਥਲਾ ਸ਼ਹਿਰ ਦੀ ਵਿਰਾਸਤ ਨੂੰ ਦੁਬਾਰਾ ਪੁਨਜੀਵੀ ਕਰੀਏ ਔਰ ਇੱਥੇ ਦਾ ਆਨੰਦ ਮਾਣੀਏ। ਰੋਲ ਹੁੰਦਾ ਹੈ ਕਿਸੇ ਵੀ ਸਮਾਗਮਾਂ ਨੂੰ ਕਰਾਉਣ ਦੇ ਵਿੱਚ, ਜਿਹੜੀ ਆਪ ਸਰਕਾਰ ਹੈ ਇਸ ਮੇਲੇ ਨੂੰ ਮੁੜ ਸੁਰਜੀਤ ਕੀਤਾ ਹੈ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਪੂਰਥਲਾ ਰਿਆਸਤੀ ਸ਼ਹਿਰ ਆ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਆ ਉਸ 'ਚ ਮੇਲਾ ਕਰਵਾਉਣ ਲਈ ਇੱਕ ਉਪਰਾਲਾ ਕੀਤਾ ਹੈ। ਦੇਖੋ, ਕਪੂਰਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ, ਕਪੂਰਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ, ਸੱਭਿਆਚਾਰ ਨੂੰ ਜੋੜਿਆ ਜਾਵੇ। ਅਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ, ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸੱਭਿਆਚਾਰ ਨਾਲ ਜੁੜੇਗਾ, ਪੰਜਾਬੀ ਸੱਭਿਆਚਾਰ ਨੂੰ ਜਾਣੇਗਾ, ਅਤੇ ਇਸ 'ਚ ਸਾਨੂੰ ਨਸ਼ਿਆਂ ਨੂੰ ਜਿਹੜੇ ਹੈਗੀ ਠੱਲ ਪਾਉਣ ਦਾ ਵੀ ਕਾਫੀ ਮਦਦ ਮਿਲੇਗੀ। ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਗ੍ਰਸਤ ਨੇ ਉਹ ਇਸ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋ ਕੇ ਇੱਧਰ ਨੂੰ ਆਪਣੇ ਕਲਚਰ ਵੱਲ ਵਧਣਗੇ, ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਜ਼ਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ, ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਅਤੇ ਆਪਣਾ ਧਿਆਨ ਰੱਖਦੇ ਸੀ। ਠੀਕ।